ਕੌਂਸਲੇਟ ਜਰਨਲ ਆਫ ਇੰਡੀਆ ਟੋਰਾਂਟੋ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਸ ਲਈ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਜਾਰੀ ਕੀਤੇ ਜਾਣਗੇ। ਸਰਟੀਫਿਕੇਟ ਜਾਰੀ ਕਰਨ ਦੇ ਲਈ ਕੌਂਸਲੇਟ ਜਰਨਲ ਵੱਲੋਂ 3 ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ। ਡਾਕ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ, ਅਪੁਆਇੰਟਮੈਂਟ ਬਣਾ ਕੇ ਦਫ਼ਤਰ ਵੀ ਜਾ ਸਕਦੇ ਹੋ ਅਤੇ ਵੱਖ ਵੱਖ ਥਾਵਾਂ 'ਤੇ ਕੈਂਪ ਵੀ ਲਾਏ ਜਾ ਸਕਦੇ ਨੇ, ਜਿਨ੍ਹਾਂ ਦੀ ਤਰੀਕ ਛੇਤੀ ਹੀ ਜਾਰੀ ਕੀਤੀ ਜਾਵੇਗੀ। ਕੋਵਿਡ ਦੇ ਕਰਕੇ ਕੌਂਸਲੇਟ ਜਰਨਲ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਡਾਕ ਦੇ ਰਾਹੀਂ ਸਰਟੀਫਿਕੇਟ ਅਪਲਾਈ ਕਰਨ ਬਿਨੈਕਾਰ ਦੀ ਸ਼ਨਾਖਤ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤੀ ਜਾਵੇਗੀ। ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਦੀਆਂ 2 ਕਾਪੀਆਂ, ਪਾਸਪੋਰਟ ਦੀ ਕਾਪੀ, ਐਡਰੈਸ ਦਾ ਪਰੂਫ ਅਤੇ ਟਿਕਟ ਲਗਾ ਕੇ ਵਾਪਸੀ ਦਾ ਲਿਫਾਫਾ ਨਾਲ ਭੇਜਣਾ ਹੈ।